ਯਾਰ ਭਾਈ ਅੱਜ ਤੁਹਾਨੂੰ ਅਸੀਂ ਮੈਸ਼ ਪੋਟੈਟੋ ਖਵਾਉਣ ਲੱਗੇ ਆ। ਮੈਸ਼ ਕਿ ਨੈਸ਼? ਮੈਸ਼ ਪੋਟੈਟੋ ਇਹ ਕੀ ਬਣਾ ਰਹੇ ਹੋ? ਮੈਸ਼ ਪੋਟੈਟੋ ਪੋਟੈਟੋ ਆਲੂ ਨੂੰ ਕਹਿੰਦੇ ਆ। ਜਿਸ ਤਰ੍ਹਾਂ ਮੈਨੂੰ ਦੱਸਿਆ ਕਿ ਆਲੂ ਖਾਣੇ ਜੋ ਸਾਬਾ ਤੁਸੀਂ ਘਰ ਵੀ ਆਲੂ ਖਾਦੇ ਨੇ ਇੱਥੇ ਵੀ ਆਲੂ ਤੇ ਆਲੂ ਪਤਾ ਨਹੀਂ ਧੱਕੇ ਨਾਲ ਹੀ ਹਰ ਜਗ੍ਹਾ ਮਿਲ ਜਾਂਦੇ ਨੇ ਸਾਨੂੰ। ਆਲੂ ਨੂੰ ਕਹਿੰਦੇ ਨੇ? ਆਏ ਹਾਏ 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 ਕੀ ਬਾਤ ਹੈ ਜੀ। ਆਲੂ ਇਹੋ ਜੀ ਸ਼ਰੀਫ ਸਬਜ਼ੀ ਮੈਂ ਨਹੀਂ ਦੇਖੀ, ਨਹਾਇਤ ਹੀ ਸ਼ਰੀਫ ਸਬਜ਼ੀ ਹੈ। ਤੁਸੀਂ ਉਹਨੂੰ ਕਿਸੇ ਵੀ ਚੀਜ਼ ਵਿੱਚ ਪਾ ਲਓ। ਇਹ ਕਿਸੇ ਦੀ ਆਲੂ ਹੈ? ਇਹ ਤੇ ਸਾਡੇ ਤਾਂ ਉਹ ਪੀਠੀ ਨਹੀਂ ਬਣਾਉਂਦੇ ਜਨਾਬ, ਯਾਨੀ ਕਿ ਆਲੂ ਵਾਲੇ ਪਦਾਰਥ ਬਣਾਉਂਦੇ ਨੇ। ਉੱਥੇ ਹੁੰਦੀ ਇਹੋ ਜਿਹੀ ਪੀਠੀ ਬਰੀਕ ਜੀ ਦਾ ਆਲੂ ਦੇ, ਯਾਨੀ ਕਿ ਜਬਾ ਰੋਟੀਆਂ ਪਰੌਂਠਾ ਪਕਾ ਕੇ ਉਦੋਂ ਫਿਰ ਉਹਦੇ ਲਾ ਕੇ ਫਿਰ ਪਰੌਂਠਾ ਪਾ ਫਿਰ ਪਕਾਉਂਦੇ ਨੇ, ਆਲੂ ਵਾਲਾ ਪਰੌਂਠਾ ਤਿਆਰ ਹੋ ਜਾਂਦਾ। ਇਹ ਕੀ ਜਨਾਬ ਇਹਦਾ, ਤੁਸੀਂ ਬਗੈਰ ਆਲੂ ਖਵਾ ਦੇ ਜੀ, ਬਗੈਰ ਪਰੌਂਠਿਆਂ ਪਰੌਂਠਿਆਂ ਤੋਂ। ਇਹਨੂੰ ਮੈਸ਼ ਪੋਟੈਟੋ ਕਹਿੰਦੇ ਨੇ ਯਾਰ। ਵੈਸੇ ਨਾ ਆਪਸ ਦੀ ਗੱਲ ਹੈ, ਆਲੂ ਮਜ਼ੇਦਾਰ ਬਣਿਆ, ਅਜੇ ਆਲੂ ਨੇ ਮੈਂ ਪਰੌਂਠੇ ਨਾਲ ਖਾਣਾ ਲਿਆ। ਕਿਆ ਬਾਤ ਹੈ, ਇਹਦੇ ਇੱਥੇ ਤੁਸੀਂ ਬੇਸਨ ਪਾ ਕੇ ਤੇ ਪਕੌੜੇ ਤਲ ਲਓ ਨਾ ਤੇ ਉਹ ਵੀ ਬੜੇ ਮਜ਼ੇਦਾਰ ਬਣਨ। ਵੈਸੇ ਮੇਰਾ ਮਸ਼ਵਰਾ ਤੇ ਇਹੋ ਹੀ ਹੈ ਕਿ ਇਹੋ ਜਿਹਾ ਇੱਕ ਡੱਬਾ ਲਿਆਓ ਨਾ, ਤੁਹਾਡੇ ਚਾਰ ਪੰਜ ਪਰੌਂਠੇ ਬਣ ਜਾਣ ਆਲੂ ਵਾਲੇ, ਕਿਉਂਕਿ ਕੰਮ ਤੇ ਰੈਡੀ ਹੈ। ਇਹ ਚੀਜ਼ ਤਾਂ ਸਵਾਦੀ ਬਣੀ ਹੈ, ਨਾ ਖੇ ਉਹ ਕੀ ਸਾਦੇ ਉਹ ਭਲੇ ਖੇ ਵਿੱਚ ਪਾਏ ਨੇ ਤੇ ਅੱਛਾ ਹੈਗਾ, ਬੁਰਾ ਨਹੀਂ ਹੈਗਾ, ਪਰ ਠੀਕ ਹੈ। ਸਾਡੇ ਇੱਥੇ ਕਹਿੰਦੇ ਸਿੱਧੀ ਜ਼ਬਾਨ ਹੈ ਜੀ, ਆਲੂ ਪਕਾਓ, ਆਲੂ ਖਾਈਏ। ਅੱਗੇ ਤਾਂ ਮੈਂ ਵੀ ਘਰ ਵਾਲਿਆਂ ਨੂੰ ਕਿਹਾ ਜੀ ਮੈਸ਼ ਪੋਟੈਟੋ ਪਕਾ ਕੇ ਖਵਾਓ, ਉਹ ਇੱਕ ਵਾਰੀ ਮੈਨੂੰ ਪੁੱਛਣਗੇ ਉਹ ਕੀ ਹੁੰਦਾ, ਫਿਰ ਮੈਂ ਦੱਸਾਂਗਾ ਆਲੂ। ਅਤੇ ਬਾਕੀ ਖੂਬ ਮਜ਼ੇਦਾਰ ਚੀਜ਼ ਬਣਾਈਏ ਜੀ, ਯਕੀਨ ਕਰੋ ਕਿ ਸਾਡੇ ਮੁਲਕ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਮਿਲਦੀਆਂ, ਅਸੀਂ ਆਪ ਹੀ ਬਣਾ ਲੈਂਦੇ ਹਾਂ ਇਸੇ ਲਈ। ਬਸ ਜੋ ਵੀ ਇਹਦਾ ਟੇਸਟ ਅੱਛਾ ਹੈਗਾ, ਵੀ ਭਲੇ ਜਿਹੇ ਪਾਏ ਨੇ, ਬੜਾ ਅੱਛਾ ਜ਼ਾਇਕਾ, ਚਟਪਟਾ ਜਿਹਾ ਹੈਗਾ। ਇਹ ਜਿਹਨਾਂ ਦੰਦ ਨਹੀਂ ਨਾ ਗਏ, ਜਾਂ ਬਜ਼ੁਰਗਾਂ ਵਾਸਤੇ ਉਹਨਾਂ ਵਾਸਤੇ ਠੀਕ ਨੇ, ਬਰੀਜ਼ ਅਤੇ ਜਿਹਦਾ ਜਿੱਦਾਂ ਸੀ ਉਹਨਾਂ ਵਾਸਤੇ ਜਨਾਬ ਬਿਲਕੁਲ ਦੇਖੋ ਠੀਕ ਹੈਗਾ। ਫਿਰ ਜਿਵੇਂ ਖੀਰ ਖਾਂਦੀਆਂ, ਇਹ ਉਹ ਚੀਜ਼ ਹੈ ਜਿਹਦੀ ਸੁਲਾਹ ਨਹੀਂ ਬੰਦਾ ਮਾਰ ਸਕਦਾ, ਬਾਕੀ ਚੀਜ਼ਾਂ ਦੀ ਸੁਲਾਹ ਮਾਰ ਸਕਦਾ। ਇਹੋ ਜਿਹੀ ਅਗਰ ਅਸੀਂ ਚੀਜ਼ ਬਣਾਈਏ ਨਾ ਤੇ ਪੇੜਾ ਬਣਾ ਕੇ ਨਾ ਰੋਟੀਆਂ ਤੇ ਵਿੱਚ ਪਰਾਠਾ, ਆਲੂ ਵਾਲਾ ਪਰਾਠਾ ਇਹਦਾ ਬੜਾ ਅੱਛਾ ਬਣੇਗਾ, ਅਗਰ ਆਲੂ ਵਾਲਾ ਪਰਾਠਾ ਬਣਾਇਆ ਜਾਏ। ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਇਕਨ ਦਬਾਓ, ਦੋਸਤਾਂ ਨੂੰ ਸ਼ੇਅਰ ਕਰਿਆ ਕਰੋ ਤੇ ਇੱਕ ਵਾਰੀ ਫੇਅਰ ਕਰਿਆ ਕਰੋ ਤੇ ਸਾਨੂੰ ਇਜਾਜ਼ਤ ਦੇ ਦਿਓ। ਅੱਲਾ ਹਾਫਿਜ਼।